मैं कुछ नहीं कहना कि पर चंगे नहीं लगी सत श्री अकाल जी। आई होप तुसी सारे ठीक होवोगे। सो वीडियो है बब्बू मान ने कई बार कहा सी कि समझाला मूसे वाले नू एली मांगट कह लिए उन्हां दी कह लिए कि वीडियो आई है तो देखना करदे आं नाल आपां अपनी गलबात रखना करांगे। देखो हर एक पक्ष नहीं आपां रखना, दोनों पक्षों नू रख के गल करांगे। आओ पहला वीडियो छोटा जिहा क्लिप आ वो देखदे आं फिर अगे गलबात करदे आं। सिद्धू मूसे वाला नू जहान छड़े पौने दो साल दे करीब दा समा हो गया है। पर जो पहला मूसे वाला दा नाम चलदा सी हुण भी ओदा ही तूती बोल दी है। कई गायकां नाल मूसे वाला दी कंट्रोवर्सी भी रही जिवें के करण औजला ते बब्बू मान। हुण इस नू लै के गायक एली मांगट दा इक बयान सोशल मीडिया उत्ते वायरल हो रहा है। सुनो समझते बहार आ वराले का की सीन सीगा। वह तू फोन करा था बई कहना, मैं यार बई तो पुछन की भी नहीं मैनू लोड़, तू मैनू यही दस कि सॉरी मैनू फोन आ गया। मैं किवें कह सकता कि मैनू सिद्धू ने फोन कराया क्योंकि हम बई के फैनों ने करता तेनों फोन कहता कुछ या कोई गल नहीं यार, तू ये भी कह सकता सी यार कोई गल नहीं कहता कहता सब तो बड़े आ कहता। पर नहीं उदो उदो भी बाले फोन पा नए कदम मैनू बई का फोन आ जा कि यार तेरा छोटा भरा उन्होंने समझा माड़ा जहाँ कि ए चंगे नहीं लगी दे कि मैं तो कुछ नहीं कहना उन्होंने कि पर ए चंगे नहीं लगी उन्होंने कह माड़ा जहा। मैं भी कहना बई मैं सॉरी मंग लैंना जी थोतों कि चलो मेरा मेरे निका आ मैं सॉरी मंग लैंना थोतों कि कोई गल नहीं मैं उन्होंने समझाना। पर यार मैंने पता ही नहीं लगे उदो सीन चो सिद्धू नू यार पता नहीं कोई उंगल लाने वाला जरूर सगा पिछों। मैं इन्नी क गल उदो करी है सिद्धू नू भी मैं यही गल कही मैं तेरे मन च है कुछ कहना नहीं बई मैं कहा बई दे मन च भी नहीं कुछ फिर तुम क्यों मैं ए करी जाने। ये पहली गल तो मैं ये गल करा कि बब्बू मान दी नाम आया ही नहीं जितों तक टाइटल दे विच एक खबर जिहड़ियां फेक जिहड़ियां सानू बना के दिखा दित्तियां जांदियां ना एक दूजे दे जहर घोलन वास्ते एक दूजे प्रति कि हुण ओह जहर आवे उहदे प्रति ये चीज़ां नू समझिया करो। हुण गल जिथे मैं देख रहा एली मांगट दे गल कीती है वह गल कर रहा पहली गल तो यह गल है कि यार जिहड़ियां ये चीज़ां हुण बंदा जदों जिउंदा जी सी ਉਹਦੇ ਮੂੰਹ ਤੇ ਗੱਲਾਂ ਰੱਖੀਆਂ ਜਾਂਦੀਆਂ ਕਿਹਾ ਜਾਂਦੀਆਂ ਕਿ ਇਸ ਤਰ੍ਹਾਂ ਗੱਲ ਹੋ ਰਹੀ ਹੈ ਤੇ ਹੁਣ ਬਾਅਦ ਵਿੱਚ ਇਹ ਗੱਲਾਂ ਸ਼ੋਅ ਕਰਦੀਆਂ ਕਿ ਇਸ ਤਰ੍ਹਾਂ ਆ ਚੀਜ਼ ਨੇ ਇਹਨੇ ਕਿਹਾ ਇਹ ਗੱਲਾਂ ਨੂੰ ਸੋਚਣੀਆਂ ਪਵੇਗੀ ਕਿ ਹੁਣ ਕਿਉਂ ਸਾਹਮਣੇ ਆ ਰਹੀਆਂ ਪਹਿਲਾਂ ਕਿਉਂ ਨਹੀਂ ਆਈਆਂ। ਦੂਜੀ ਗੱਲ ਕਿ ਇਹਦੇ ਵਿੱਚ ਜਿਹੜੀ ਸਿੰਪਲ ਗੱਲ ਰੱਖੀ ਜਾ ਰਹੀ ਹੈ ਉਹ ਇਹੀ ਰੱਖੀ ਜਾ ਰਹੀ ਹੈ ਕਿ ਫੋਨ ਆਇਆ ਇਹ ਨਹੀਂ ਦੱਸਿਆ ਕਿ ਕਿਹਦਾ ਫੋਨ ਆਇਆ ਅਤੇ ਇਹਦੇ ਵਿੱਚ ਸਾਫ਼ ਲਿਖ ਦਿੱਤਾ ਕਿ ਬੱਬੂ ਮਾਨ ਜੀ ਨੇ ਇਸ ਤਰ੍ਹਾਂ ਕਿਹਾ ਜੀ। ਯਾਰ ਸਮਝਿਆ ਕਰੋ ਕਿਉਂ ਇਸ ਤਰ੍ਹਾਂ ਇੱਕ ਦੂਜੇ ਪ੍ਰਤੀ ਜ਼ਹਿਰ ਘੋਲਦੇ ਆ ਕਿ ਉਹਨੇ ਕਿਹਾ ਕਿ ਮੂਸੇ ਵਾਲੇ ਨੂੰ ਸਮਝਾ ਲਾ ਤੂੰ ਅਤੇ ਉਹ ਕਹਿੰਦਾ ਕਿ ਮੈਂ ਮੂਸੇ ਵਾਲੇ ਨੂੰ ਬਾਅਦ ਵਿੱਚ ਗੱਲ ਹੁਣ ਗੱਲ ਕਲੀਅਰ ਹੋ ਗਈ ਨਾ ਵਿੱਚ ਕਿ ਉਹ ਕਹਿੰਦਾ ਮੈਂ ਬਾਈ ਮੂਸੇ ਵਾਲੇ ਨੂੰ ਕਿਹਾ ਕਿ ਬਾਈ ਤੇਰੇ ਮਨ ਦੇ ਵਿੱਚ ਕੋਈ ਗੱਲ ਨਹੀਂ ਉਹ ਕਹਿੰਦਾ ਬਾਈ ਮੇਰੇ ਮਨ ਦੇ ਵਿੱਚ ਕੋਈ ਗੱਲ ਨਹੀਂ। ਮੈਂ ਇੱਕ ਹੋਰ ਗੱਲ ਕਰਦਾ ਯਾਰ ਮੈਂ ਇੱਕ ਸਿੱਧੂ ਮੂਸੇ ਵਾਲੇ ਦੀ ਨਾ ਇੰਟਰਵਿਊ ਦੇਖਦਾ ਸੀ ਉਹਦੇ ਵਿੱਚ ਨਾ ਪੱਤਰਕਾਰ ਨੇ ਨਾ ਬੱਬੂ ਮਾਨ ਜੀ ਪ੍ਰਤੀ ਸਿੱਧੂ ਮੂਸੇ ਵਾਲੇ ਨਾਲ ਗੱਲ ਕੀਤੀ ਸੀ ਕਿ ਬੱਬੂ ਮਾਨ ਜੀ ਬਾਰੇ ਤੁਹਾਡਾ ਕੀ ਕਹਿੰਦਾ ਉਹ ਸੀਨੀਅਰ ਨੇ ਸਾਡੇ ਮਾਨ ਸਤਿਕਾਰ ਵੱਡੇ ਨੇ ਸਾਡੇ ਤੋਂ ਅਤੇ ਬਹੁਤ ਕੁਝ ਸਿੱਖੀਦਾ ਮਤਲਬ ਕਿ ਕਹਿਣ ਦਾ ਮਤਲਬ ਕਿ ਜਦੋਂ ਅਸੀਂ ਰੀਅਲ ਲਾਈਫ ਦੇ ਵਿੱਚ ਉਹਨਾਂ ਦੀ ਕੋਲੋਂ ਪੁੱਛਾਂਗੇ ਜਾਂ ਉਹਨਾਂ ਦੀਆਂ ਗੱਲਾਂ ਨੂੰ ਦੇਖਾਂਗੇ ਤਾਂ ਕੋਈ ਇਹੋ ਜਿਹੀ ਕੰਟਰੋਵਰਸੀ ਇੰਨਾ ਖਾਸ ਲੜਾਈ ਝਗੜਾ ਹੁੰਦਾ ਨਹੀਂ ਆ ਜਿੰਨਾ ਬਵਾਲ ਸਾਡੇ ਸੋਸ਼ਲ ਮੀਡੀਆ 'ਤੇ ਫੈਲਾ ਦਿੱਤਾ ਜਾਂਦਾ ਹੈ। ਸੋ ਇਹਨਾਂ ਚੀਜ਼ਾਂ ਨੂੰ ਯਾਰ ਰੋਕਿਆ ਕਰੋ ਸਮਝਿਆ ਕਰੋ ਯਾਰ ਕਿਉਂਕਿ ਦੇਖੋ ਤੁਸੀਂ ਆਪਸ ਵਿੱਚ ਇੱਕ ਟਾਈਟਲ ਦੇਖ ਕੇ ਇੱਕ ਥੰਬਨੇਲ ਦੇਖ ਕੇ ਇਹ ਚੀਜ਼ਾਂ ਨੂੰ ਨਾ ਸਮਝ ਲਿਆ ਕਰੋ ਵਿਚਲੀ ਗੱਲ ਦੇ ਵਿੱਚ ਜਦੋਂ ਡੂੰਘਾਈ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਜਾ ਕੇ ਦੇਖੋਗੇ ਤਾਂ ਫਿਰ ਸਾਨੂੰ ਪਤਾ ਲੱਗੇਗਾ ਕਿ ਯਾਰ ਕੰਟਰੋਵਰਸੀਆਂ ਕਈਆਂ ਨੇ ਫੈਲਾਈਆਂ ਕਈਆਂ ਤਾਂ ਆਪ ਹੀ ਆਪਸ ਦੇ ਵਿੱਚ ਇੱਕ ਦੂਜੇ ਨਾਲ ਫੈਨਸ ਲੜ ਝਗੜ ਕੇ ਗਾਲਾਂ ਕੱਢ ਕੇ ਇੱਕ ਦੂਜੇ ਨੂੰ ਇਹ ਚੀਜ਼ਾਂ ਕਿਉਂਕਿ ਅਗਲੇ ਨੂੰ ਸਿਰਫ ਇੱਕ TRP ਚਾਹੀਦੀ ਹੁੰਦੀ ਹੈ। TRP ਚੱਕਰ ਦੇ ਵਿੱਚ ਕਿਹਦੇ ਪ੍ਰਤੀ ਕੀ ਜ਼ਹਿਰ ਭਰ ਰਿਹਾ ਕਿਹਦੇ ਪ੍ਰਤੀ ਕੀ ਭਰ ਰਿਹਾ ਹੁਣ ਤੁਸੀਂ ਆਪ ਹੀ ਦੇਖ ਲਓ ਕਈ ਜਿਹੜੇ ਸਰਕਾਰਾਂ ਦੇ ਚਮਚੇ ਜਿਹੜੇ ਕਹਿ ਲਈਏ ਸੋਸ਼ਲ ਮੀਡੀਆ 'ਤੇ ਚੈਨਲ ਹੈਗੇ ਨੇ ਉਹ ਕਿੰਨਾ ਕੁਛ ਜਦੋਂ ਕਹਿ ਲਈਏ ਕਿ ਕਿਸਾਨੀ ਮੋਰਚਾ ਲੱਗਾ ਸੀ ਅਤੇ ਕਿਸਾਨਾਂ ਪ੍ਰਤੀ ਕਿੰਨਾ ਅੱਤਵਾਦ ਟੈਰਰਿਸਟ ਕਿੰਨਾ ਕੁਛ ਕਹਿ ਲਈਏ ਜ਼ਹਿਰ ਘੋਲਦੇ ਸੀ ਉਹ ਪਰ ਜਦੋਂ ਰੀਅਲ ਦੇ ਵਿੱਚ ਉੱਥੇ ਜਾ ਕੇ ਪਤਾ ਲੱਗਾ ਕਿ ਯਾਰ ਉਹ ਤਾਂ ਬੰਦੇ ਹੀ ਬੜੇ ਚੰਗੇ ਨੇ ਆ ਜਦੋਂ BBC ਚੈਨਲ 'ਤੇ ਨਿਊਜ਼ਾਂ ਰੀਅਲ ਦੇ ਵਿੱਚ ਆਉਂਦੀਆਂ ਸੀ ਪਤਾ ਲੱਗਦਾ ਸੀ ਕਿ ਯਾਰ ਆਹ ਸਤਿਕਾਰ ਕਰਨ ਵਾਲੇ ਇਹ ਤਾਂ ਆਈ ਜਗੋ ਇਹਨੂੰ ਭੁੱਖਿਆਂ ਨੂੰ ਪ੍ਰਸ਼ਾਦਾ ਛਕਾਉਣ ਵਾਲੀ ਇਹ ਤਾਂ ਜਦੋਂ ਕਹਿ ਲਈਏ ਮੋਰਚਾ
ਉੱਥੋਂ ਹਟਣ ਲੱਗਾ, ਘਰ ਵਾਪਸ ਆਉਣ ਲੱਗੇ ਤਾਂ ਉੱਥੋਂ ਦੇ ਅਤੇ ਲਾਗੇ ਛਾਗੇ ਵਾਲੇ ਪਿੰਡ ਆ ਜਿਹੜੇ ਰਹਿੰਦੇ ਸੀ ਉੱਥੇ ਝੁੱਗੀਆਂ ਵਾਲੇ ਜਾਂ ਕੁਝ, ਉਹ ਤਾਂ ਰੋਣ ਲੱਗ ਪਏ ਕਿ ਇਹ ਤਾਂ ਪਰਿਵਾਰ ਸੀ, ਸਾਨੂੰ ਐਂ ਲੱਗਾ ਸੀ, ਸਾਨੂੰ ਮਹਿਸੂਸ ਨਹੀਂ ਹੁੰਦਾ ਸੀ ਝੁੱਗੀਆਂ ਵਾਲੇ। ਉਹ ਕਹਿੰਦੀ ਸੀ ਬਿਡ ਲੇਡੀਜ਼, ਮੇਰੀ ਧੀ ਹੁਣ ਰਾਤ ਨੂੰ ਕਿਤੇ ਨਿਕਲ ਕੇ ਜਾਂਦੀ ਸੀ ਨਾ ਅਤੇ ਸਾਨੂੰ ਕਿਤੇ ਇੰਨਾ ਨਹੀਂ ਹੁੰਦਾ ਸੀ, ਸਾਨੂੰ ਪਤਾ ਇੱਥੇ ਸਰਦਾਰਾਂ ਦਾ, ਇੱਥੇ ਕਿਸਾਨਾਂ ਦਾ ਮੋਰਚਾ ਲੱਗਾ ਹੋਇਆ। ਇਹ ਚੀਜ਼ਾਂ ਨੂੰ ਸਮਝੋ ਯਾਰ ਤੁਸੀਂ, ਇਸ ਕਰਕੇ ਫੇਕ ਨਿਊਜ਼ਾਂ ਤੋਂ ਬਚੋ, ਇਹ ਚੀਜ਼ਾਂ ਤੋਂ। ਬਾਕੀ ਮੈਂ ਇਹ ਚੀਜ਼ ਵੀ ਕਰਦਾ ਕਿਉਂਕਿ ਹਰ ਕਿਸੇ ਦੇ ਸਤਿਕਾਰ ਦੇ ਵਿੱਚ ਹੁੰਦਾ ਹੈ, ਇੱਕ ਦੂਸਰੇ ਦੇ ਪ੍ਰਤੀ ਯਾਰ ਪਿਆਰ ਰੱਖੋ। ਹਾਂ, ਜਿਹਨੂੰ ਚੀਜ਼ ਜਿਹੜੀ ਨਹੀਂ ਪਸੰਦ ਉਹ ਨਹੀਂ ਪਸੰਦ, ਉਹ ਨਾ ਕਰੇ। ਬਾਕੀ ਯਾਰ ਜਿਹਦਾ ਨਾਮ ਚੱਲਣਾ ਹੈ ਉਹ ਹਮੇਸ਼ਾ ਬਣਿਆ ਰਹੇਗਾ। ਕੋਈ ਸਿੱਧੂ ਮੂਸੇਵਾਲੇ ਨੂੰ ਸੁਣਦਾ ਹੈ, ਕੋਈ ਕਰਨ ਔਜਲੇ ਨੂੰ ਸੁਣਦਾ ਹੈ, ਕੋਈ ਬੱਬੂ ਮਾਨ ਨੂੰ ਸੁਣਦਾ ਹੈ, ਅਤੇ ਆਪਸ ਦੇ ਵਿੱਚ ਸੁਣੋ ਅਤੇ ਪਹਿਲੀ ਗੱਲ ਸੁਣ ਕੇ ਸਿੱਖਿਆ ਜ਼ਰੂਰ ਕਰੋ ਕਿ ਉਹਨਾਂ ਨੇ ਜੋ ਮੈਨੂੰ ਸਿਖਾਇਆ ਕੀ ਉਹਨਾਂ ਦੇ ਜੀਵਨ ਦੇ ਵਿੱਚ ਸਿੱਖਿਆ, ਤੁਹਾਡੇ ਵਿੱਚ ਕਿਹੜੀ ਖਾਸ ਕੁਆਲਿਟੀ ਆਈ। ਇਕੱਲਾ ਇੰਟਰਟੇਨਮੈਂਟ ਕਰਨ ਵਾਸਤੇ ਨਹੀਂ, ਕੁਝ ਸਟੈਂਡ ਵਾਸਤੇ, ਕੁਝ ਕਹਿ ਲਈ ਆਪਣੇ ਜਜ਼ਬੇ ਵਾਸਤੇ, ਹੱਕਾਂ ਵਾਸਤੇ, ਇਹ ਚੀਜ਼ਾਂ ਤੋਂ ਉਹਨੂੰ ਵੀ ਸਿੱਖਿਆ ਕਰੋ ਜੋ ਉਹਨਾਂ ਨੇ ਗਾਇਆ ਅਤੇ ਲਿਖਿਆ ਹੋਇਆ। ਸੋ ਇਹ ਵੀਡੀਓ ਦਾ ਬਣਾਉਣ ਦਾ ਮੇਰਾ ਤਾਂ ਮਕਸਦ ਹੀ, ਮੈਂ ਪਹਿਲੇ ਨੰਬਰ 'ਤੇ ਵੀਡੀਓ ਚੈੱਕ ਦੇਖੀ ਟਾਈਟਲ, ਅਤੇ ਮੈਂ ਕਿਹਾ ਚੱਲ ਦੇਖਦੇ ਹਾਂ, ਪਰ ਹੁਣ ਜਦੋਂ ਰੀਅਲ ਦੇ ਵਿੱਚ ਵੀਡੀਓ ਦੇ ਵਿੱਚ ਦਿਖਿਆ ਜਦੋਂ, ਤਾਂ ਤੁਹਾਡੇ ਸਾਹਮਣੇ ਆ ਗਿਆ ਕਿ ਕੀ ਹੈ ਯਾਰ। ਇਸ ਕਰਕੇ ਆਹ ਚੀਜ਼ਾਂ ਤੋਂ ਬਚੋ ਅਤੇ ਆਪਣੇ ਆਪ ਨੂੰ ਸੋਹਣਾ ਬਣਾਓ ਅਤੇ ਨਵਾਂ ਸਾਲ ਆਇਆ ਹੈ, ਆਪਣੇ ਜੀਵਨ ਦੇ ਵਿੱਚ ਕੁਝ ਨਵਾਂ ਕਰਕੇ ਦਿਖਾਓ, ਕੁਝ ਨਵਾਂ ਲੈ ਕੇ ਆਓ, ਆਪਣੀ ਕੁਆਲਿਟੀ ਨੂੰ ਨਵਾਂ ਨਿਖਾਰੋ। ਦਿਨ ਰਾਤਾਂ ਸੂਰਜ ਚੰਦ ਸਭ ਕੁਝ ਉਹੀ ਹੈ, ਬਸ ਜੇ ਕੁਝ ਨਵਾਂ ਨਹੀਂ ਹੈ ਤਾਂ ਸਾਡੇ ਜੀਵਨ ਦੇ ਵਿੱਚ ਨਵਾਂ ਨਹੀਂ ਹੈ। ਕੁਝ ਨਵਾਂ ਕਰੀਏ, ਆਪਣੇ ਆਪ ਦੀਆਂ ਤਰੱਕੀਆਂ ਕਰੀਏ, ਆਪਣੇ ਮਾਂ ਪਿਓ ਦਾ ਸਤਿਕਾਰ ਕਰੀਏ, ਪਿਆਰ ਵਧਾਈਏ, ਅਤੇ ਸਭ ਤੋਂ ਵੱਡੀ ਚੀਜ਼ ਇਹੀ ਨਵੀਂ ਹੈ, ਸਾਡੇ ਅੰਦਰ ਕੁਝ ਨਵਾਂ ਪ੍ਰਗਟ ਹੋਵੇ। ਸੋ ਦੱਸਣਾ ਵੀਡੀਓ ਬਾਰੇ ਕੀ ਖਿਆਲ ਨੇ ਤੁਹਾਡੇ। ਸੋ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਮਿਲਦੇ ਹਾਂ, ਸਤਿ ਸ਼੍ਰੀ ਅਕਾਲ, ਬਾਏ ਬਾਏ।